ਅਜੱਪਾ ਮਾਤਾ ਜਗਿੰਦਰ ਕੌਰ ਜੀ ਜਿਨ੍ਹਾਂ ਦਾ ਕੁਛ ਸਮਾਂ ਪਹਿਲਾਂ ਜਿਸ ਸੰਸਾਰ ਤੋਂ ਚਲਾਉਣਾ ਕਰਦੇ ਸੀ ਉਹਨਾਂ ਦੇ ਗਾਲ ਦੇ ਅੰਦਰ ਆਪਾਂ ਆਨੰਦ ਦੇਖਿਆ ਸਾਡਾ ਵੀ ਗਿਆ ਰੱਖਦਾ ਹਰਿੰਦਰ ਜੀ ਅਤੇ ਮਾਤਾ ਜੀ ਧਰਤੀ ਦੇ ਔਰ ਧੰਨਵੀਰ ਜੀ ਦੇ ਦਾਦੀ ਜੀ ਬੀਬੀ ਜਗਿੰਦਰ ਕੌਰ ਜੀ ਸਰਦਾ ਦੇ ਤੁਰ ਪੇਟ ਕਰਨ ਵਾਲੇ ਆਏ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵੀ ਇਨਸਾਨ ਇਸ ਸਮਾਜ 'ਚ ਆਉਂਦਾ ਹੈ ਉਹ ਜਦੋਂ ਜਾਂਦਾ ਹੈ ਅਤੇ ਆਪਾਂ ਦੇਖਣਾ ਹੁੰਦਾ ਹੈ ਸ਼ਰਧਾ ਦਾ ਅਸਲ 'ਚ ਮਤਲਬ ਹੁੰਦਾ ਹੈ ਕਿ ਜੇ ਉਸ ਇਨਸਾਨ ਨਾਲ ਉਸ ਪਰਿਵਾਰ ਨਾਲ ਜਿਹੜੇ ਤੁਹਾਡੇ ਸੰਬੰਧ ਨੇ ਉਹ ਜੋ ਕੁਛ ਤੁਸੀਂ ਦੇਖਿਆ ਹੈ ਜੋ ਇਨਸਾਨ ਜਿਹੜਾ ਹੈ ਉਹ ਆਪਣੇ ਲਈ ਜੀ ਕੇ ਗਿਆ ਹੈ ਪਰਿਵਾਰ ਲਈ ਗਿਆ ਹੈ ਜਾਂ ਸਮਾਜ ਲਈ ਕੋਈ ਕਰਕੇ ਗਿਆ। ਅੱਜ ਆਪਾਂ ਸਾਰੇ ਮਾਤਾ ਜਗਿੰਦਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਸਾਰੇ ਹੀ ਹਮਦਰਦੀ ਪ੍ਰਗਟ ਕਰਨ ਲਈ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਰਮਾਤਮਾ ਵਾਲੀ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ। ਜੇ ਮੈਂ ਮਾਤਾ ਜੀ ਦੇ ਪਿਛੋਕੜ ਵਾਲੇ ਜਾਵਾਂ ਪਿਛਲੇ ਹਿਸਟਰੀ ਵਾਲੇ ਜਾਵਾਂ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਉਹ ਪਰਿਵਾਰ ਆ ਜਿਹਨੇ ਹਮੇਸ਼ਾ ਹੀ ਕੁਰਬਾਨੀਆਂ ਕੀਤੀਆਂ ਨੇ। ਆਪਾਂ ਸਾਰੇ ਵਾਹਿਗੁਰੂ ਜੀ ਦੇ ਵਿੱਚ ਸਾਰੇ ਇਕੱਤਰੀ ਸਾਰੇ ਸਾਥ ਜੋ ਅੱਜ ਆਪਣਾ ਮਾਤਾ ਜੋਗਿੰਦਰ ਸਿੰਘ ਜੀ ਦੀ ਆਪਣੀ ਕਿਤਾਬ ਦੇ ਵਿੱਚ ਸ਼ਾਮਲ ਹੋਏ ਹਨ ਔਰ ਸਾਰੇ ਜਿਹੜੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਸਮੇਂ ਪਹਿਲੇ ਜੋ ਮਾਤਾ ਜੋਗਿੰਦਰ ਸਿੰਘ ਆਪਾਂ ਨੂੰ ਵਿਛੋੜਾ ਦੇ ਗਏ ਨੇ ਉਹਨਾਂ ਉਹ ਉਸ ਪਰਿਵਾਰ ਚੋਂ ਕਸ਼ਮੀਰ ਸਿੰਘ ਜੀ ਦੇ ਪਰਿਵਾਰ ਚੋਂ ਨੇ। ਅੱਜ ਅਸੀਂ ਸਾਡੇ ਮਾਤਾ ਜਗਿੰਦਰ ਕੌਰ ਜੀ ਦੀ ਅੰਤਰ ਅਰਦਾਸ ਵਿੱਚ ਇਕੱਤਰ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਬੀਬੀ ਵੀਰ ਗੁਰਦੁਆਰੇ ਪਹੁੰਚੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਇਹ ਪਰਿਵਾਰ ਬਹੁਤ ਹੀ ਗੁਰੂ ਘਰ ਮੰਨਣ ਵਾਲਾ ਸਰਦਾਰ ਕਸ਼ਮੀਰ ਸਿੰਘ ਜੀ ਹੈ ਮੇਰੇ ਦਾਦਾ ਜੀ ਜਿਹੜੇ ਕਿ ਬਹੁਤ ਲੰਬਾ ਸਮਾਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਪ੍ਰਧਾਨ ਹੈ ਔਰ ਉਹਨਾਂ ਨੇ ਲਗਨ ਦੇ ਨਾਲ ਜਿੱਥੇ ਸਮਾਜ ਦੀ ਸੇਵਾ ਕੀਤੀ ਉੱਥੇ ਘਰ ਦੁਕਾਨਾਂ ਦੀ ਵੀ ਸੇਵਾ ਕੀਤੀ। ਮੈਂ ਸਮਝਦਾ ਵੀ ਉਸ ਫਲ ਦਾ ਹੀ ਵਾਹਿਗੁਰੂ ਨੇ ਇਹਨਾਂ ਨੂੰ ਫਲ ਦਿੱਤਾ ਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਤਰੱਕੀ ਕੀਤੀ ਆ। ਸੰਗਤ ਹੁੰਦੀ ਆ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਸੰਗਤ ਕੀਤਾ ਉਹਨਾਂ ਦਾ ਧੰਨਵਾਦ ਜੀ ਆਇਆ ਧੰਨਵਾਦ ਵਾਹਿਗੁਰੂ ਵਾਹਿਗੁਰੂ। ਜੋ ਮਾਂ ਆਵਾਜ਼ ਮਾਰਦੀ ਸੀ ਠੀਕ ਹੈ ਤੁਸੀਂ
पाशा समाप्त के बाद माता पिता या पुत्र पिता जी के बाद माते हैं जो माँ बाद माती अकू के बाद मेरे माँ जी से उठाना मेरे इतनी प्यारी लगती मैं दस नहीं सकता सो गुरु रूप सर माँ का इन्ना प्यार होता है माँ माँ पिता सो कीर्तन की समाप्ति है समाप्ति का शब्द पढ़ते हो मन सभी बात करो बेनती सना में मेता सना में मेता करो बेनती सना में मेता सना में मेता संत चहल की बेला संत नानक जा
Bye.
ਧਰਮ ਦਾ ਜੈ ਜੈਕਾਰ
ਸਿੱਖਾਂ ਦਾ ਮਾਨੀਵਾ ਮਾਤੀ ਵਾਦੇ ਆ ਕੇ ਆਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜ ਦੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਜੋੜਿਆ ਗਿਆ ਤੇ ਜੀ ਖੁੱਲੇ ਦਰਸ਼ਨ ਮੀਦਾ ਤੇ ਸੇਵਾ ਸੰਭਾਲਾ ਦਾ ਖਾਲਸਾ ਜੀ ਨੂੰ ਬਖਸ਼ੋ ਇਹ ਨਿਰਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਧੰਨ 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 ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਸਾਧ ਸੰਗਤ ਦੀ ਅਰਦਾਸ ਦੇਣੀਏ ਦਰਜ ਕੇ ਪ੍ਰਵਾਨ ਕਰਨੀ ਆਪ ਜੀ ਦੀ ਬਖਸ਼ਿਸ਼ ਜਿਹਾ ਜੀ ਲਿਖਿਆ ਦੇਹਾ ਹੁਕਮ ਕਮਾਏ ਘੱਲੇ ਆਵੈ ਨਾਨਕਾ ਹਾਲ ਵਿਖੇ ਸਤਿਗੁਰੂ ਜੀ ਸ਼ਬਦ ਕੀਰਤਨ ਹੋਏ ਗੁਰਮੁਖ ਵਿਚਾਰਾਂ ਹੋਈਆਂ ਕਿਰਪਾ ਕਰਨੀ ਆਪ ਜੀ ਦੇ ਹਜ਼ੂਰ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਹੋਈਆਂ ਤਰੁੱਟੀਆਂ ਬਖਸ਼ ਲੈਣੀਆਂ ਅੱਗੇ ਤੋਂ ਸਮਾਤਾ ਆਪਦੇ ਚਰਣਾਂ ਦਾ ਪਿਆਰ ਬਖਸ਼ਿਸ਼ ਕਰਨਾ ਜੀ ਗੁਰਬਾਣੀ ਦਾ ਫਲ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ ਸਤਿਗੁਰੂ ਦੀ ਕਿਰਪਾ ਕਰਨੀ ਮਾਤਾ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਵਾਸਾ ਬਖਸ਼ਿਸ਼ ਕਰਨਾ 84 ਦੇ ਗੇੜ ਤੋਂ ਬਚਾਉਣਾ ਮਗਰ ਸਮੂਹ ਪਰਿਵਾਰ ਦੇ ਸੀਸ 'ਤੇ ਮਿਹਰਾਂ ਭਰੇ ਹੱਥ ਰੱਖਣੇ ਤੰਦਰੁਸਤੀਆਂ ਦੀ ਦਾਤ ਚੜ੍ਹਦੀ ਕਲਾ ਦੇਹ ਆਰੋਗਤਾ ਬਖਸ਼ਿਸ਼ ਕਰਨੀ ਜੀ ਅੰਮ੍ਰਿਤ ਵੇਲੇ ਦੇ ਜਾਗਣੇ ਨੇ ਤਨੇਮ ਦੀਆਂ ਦਾਤਾਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਜੀ ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਰੁਮਾਲੇ ਸਹਿ ਸਮਰਪਣ ਇਸੇ ਤਰ੍ਹਾਂ ਪਰਿਵਾਰ ਦੇ ਪਰਦੇ ਢੱਕਣੇ ਲਾਜਪਤ ਰੱਖਣੀ ਸਮੂਹ ਸੰਗਤਾਂ ਵੱਲੋਂ ਮਾਇਆ ਭੇਟਾ ਕੀਤੀ ਗਈ ਇਹ ਪ੍ਰਵਾਨ ਕਰਨੀ ਸਤਿਗੁਰੂ ਜੀ ਆਪ ਜੀ ਦੇ ਬਖਸ਼ਿਸ਼ ਕੀਤੀਆਂ ਹੋਇਆਂ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਏ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਹੁਣੇ ਆਪ ਜੀ ਫਰਮਾਨ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੁਹਰਾ ਆਖਿਆ ਹੋਏ ਸਭ ਮਿਲੇਗੇ ਬੋਲੇ
ਮਾਲ ਕਣਕ ਦਾਲ ਹੀਰਾ ਮਨ ਰੰਜਨ ਦੀ ਮਾਇਆ ਆਹਾ ਕਰਤ ਵਿਹਾਨੀ ਅਵਦਾਰੇ ਤਾਂ ਮੋਹੇ ਸੰਤੋਖ ਨਾ ਪਾਇਆ ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਾਤਾ ਜਗਿੰਦਰ ਕੌਰ ਜੀ ਜਿਨ੍ਹਾਂ ਦਾ ਕੁਛ ਸਮਾਂ ਪਹਿਲਾਂ ਜਿਸ ਸੰਸਾਰ ਤੋਂ ਚਲਾਉਣਾ ਚਾਹੁੰਦੇ ਸੀ ਉਹਨਾਂ ਦੀ ਯਾਦ ਦੇ ਅੰਦਰ ਆਪਾਂ ਆਨੰਦ ਦੇਖਿਆ ਰਵਿੰਦਰ ਜੀ ਅਤੇ ਮਾਤਾ ਜੀ ਧਰਤੀ ਜੀ ਔਰ ਧੰਗੀ ਜੀ ਦੇ ਦਰਦੀ ਜੀ ਔਰ ਜ਼ਾਇਦਾ ਕ੍ਰਿਸ਼ਨ ਸਿੰਘ ਜੀ ਜੱਠਾ ਉਹਨਾਂ ਦੇ ਧਰਮ ਪਤਨੀ ਵਜੋਂ ਉਹਨਾਂ ਨੇ ਸੰਸਾਰ ਦੇ ਵਿੱਚ ਉੱਚਿਆ ਹੋਇਆ ਆਪਣੇ ਪਰਿਵਾਰ ਨੂੰ ਚੰਗੀ ਸਿਹਤ ਦੇ ਕੇ ਬੜਾ ਜੀਆਂ ਤੱਕ ਪਹੁੰਚਾਉਣ ਦਾ ਜ਼ਿਕਰ ਕੀਤਾ ਸੀ ਉਹਨਾਂ ਦੇ ਅੱਜ ਯਾਦ ਦੇ ਵਿੱਚ ਆਪਾਂ ਲੱਗੇ। ਮਾਤਾ ਦਾ ਪਿਆਰ ਇੱਕ ਐਸੀ ਚੀਜ਼ ਹੈ ਕਿ ਜੋ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ ਨਾਲੋਂ ਪਹਿਲੇ ਨੰਬਰ ਧਨ ਦੌਲਤ ਤੇ ਜੋ ਮਰਜ਼ੀ ਆਪਣੀ ਪ੍ਰਾਪਤ ਕਰ ਲਵੇ ਪਰ ਜਿੱਥੇ ਮਾਤਾ ਦਾ ਸਥਾਨ ਹੈ ਉਹ ਪੂਰਾ ਨਹੀਂ ਦੱਸ ਉਹਨਾਂ ਨੇ ਅੱਜ ਪਰਿਵਾਰ ਨੂੰ ਮਸ਼ਵਰਾ ਦੇ ਦਿੱਤਾ ਹੈ ਔਰ ਮਸ਼ਵਰਾ ਇੱਕ ਐਸੀ ਬਿਮਾਰੀ ਹੈ ਜਿਸਦਾ ਕਿਸੇ ਦੇ ਕੋਲ ਇਲਾਜ ਨਹੀਂ ਹੈ। ਇਸ ਮਸ਼ਵਰੇ ਨੂੰ ਚੱਲਣਾ ਜਿੱਥੇ ਪਰਿਵਾਰ ਵਾਸਤੇ ਸਹਿ ਹੈ ਉੱਥੇ ਸਗੇ ਸੰਬੰਧੀਆਂ ਰਿਸ਼ਤੇਦਾਰਾਂ ਵਾਸਤੇ ਵੀ ਇੱਕ ਗਹਿਰਾ ਦੁੱਖ ਲੈ ਕੇ ਆਇਆ। ਇੱਥੇ ਪਰਮਾਤਮਾ ਹੈ ਵਾਹਿਗੁਰੂ ਕਿਰਪਾ ਕਰ ਦੇਵੇ ਉਸ ਪਰਿਵਾਰ ਦੇ ਉਹਨਾਂ ਰਿਸ਼ਤੇਦਾਰਾਂ ਦੇ ਉਹਨਾਂ ਭੈਣ ਭਰਾਵਾਂ 'ਤੇ ਅਤੇ ਇਹ ਦੁੱਖ ਜਿਹੜਾ ਹੈ ਉਸ ਸਮੇਂ ਲਈ ਕੱਟ ਸਕਦਾ ਹੈ ਔਰ ਸਹਿਜੇ ਸਹਿਜੇ ਇਸ ਨੂੰ ਮਿਟਾਇਆ ਵੀ ਜਾ ਸਕਦਾ। ਇਸ ਵਾਸਤੇ ਆਪਾਂ ਅੱਜ ਉਹਨਾਂ ਦੀ ਯਾਦ ਨੂੰ ਮਨਾਉਣ ਵਾਸਤੇ ਜਿੱਥੇ ਪਿੰਡ ਦੇ ਪਤਵੰਤੇ ਸੱਜਣ ਆਏ ਨੇ ਬਾਹਰੋਂ ਸੱਜਣ ਆਏ ਨੇ ਉੱਥੇ ਸਾਡੇ ਹਰਪੁਰ ਦੇ MLA ਸਾਹਿਬ ਡਾਕਟਰ ਧਰਮਵੀਰ ਜੀ ਅਮਰਿੰਦਰ ਜੀ ਸਾਹਿਬ ਵੀ ਆਏ ਨੇ ਰਣਜੀਤ ਰਾਣਾ ਜੀ ਆਏ ਨੇ ਕਰਨ ਬੁਰਜ ਜੀ ਵੀ ਆਏ ਨੇ ਪਰਿਵਾਰ ਵੱਲੋਂ ਉਹਨਾਂ ਨੂੰ ਦਿਆਇਆ ਨੇ ਔਰ ਮੈਂ ਸਮੇਂ ਮੁਤਾਬਕ ਉਹਨਾਂ ਨੂੰ ਸਟੇਜ 'ਤੇ ਉਸ ਮਾਤਾ ਜੀ ਨੂੰ ਸ਼ਰਧਾ ਦੇ ਭੇਟ ਕਰਨ ਵਾਸਤੇ ਵੀ ਲਵਾਂਗਾ। ਸੋ ਮੈਂ ਜ਼ਿਆਦਾ ਸਮਾਂ ਨਾ ਲਾਂ ਮੈਂ ਬੇਨਤੀ ਕਰਾਂ ਸਾਵਰੇ ਜੀ ਜਸਪਾਲ ਜੀ ਉਹਨਾਂ ਨੂੰ ਅਤੇ ਆਪਣੇ ਮਾਤਾ ਜੀ ਨੂੰ ਸ਼ਰਧਾ ਦੇ ਭੇਟ ਕਰਨ ਔਰ ਉਹਨਾਂ ਤੋਂ ਬਾਅਦ ਰਣਜੀਤ ਸਿੰਘ ਜੀ ਰਾਣਾ ਜੀ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਬੀਬੀ ਜਗਿੰਦਰ ਕੌਰ ਜੀ
ਸੰਤਾਂ ਦੇ ਤੁਰ ਪੇਟ ਕਰਨ ਵਾਲੇ ਆਏ ਸਾਥੀ ਹੁੰਦਾ ਕਿ ਕੀ ਕਾਫਾ ਸਾਹਿਬ ਹੈ ਕਿ ਜਿਹੜਾ ਵੀ ਇਨਸਾਨ ਇਸ ਸਮਾਜ 'ਚ ਆਉਂਦਾ ਹੈ ਉਹ ਜਦੋਂ ਜਾਂਦਾ ਹੈ ਅਤੇ ਆਪਾਂ ਦੇਖਣਾ ਹੁੰਦਾ ਹੈ ਸ਼ਰਧਾ ਦਾ ਅਸਲ ਮਤਲਬ ਹੁੰਦਾ ਹੈ ਕਿ ਜੇ ਉਸ ਇਨਸਾਨ ਨਾਲ ਉਸ ਪਰਿਵਾਰ ਨਾਲ ਜਿਹੜੇ ਤੁਹਾਡੇ ਸੰਬੰਧ ਨੇ ਉਹ ਜੋ ਕੁਛ ਤੁਸੀਂ ਦੇਖਿਆ ਹੈ ਜੋ ਇਨਸਾਨ ਜਿਹੜਾ ਹੈ ਉਹ ਆਪਣੇ ਲਈ ਜੀ ਕੇ ਗਿਆ ਹੈ ਪਰਿਵਾਰ ਲਈ ਗਿਆ ਹੈ ਜਾਂ ਸਮਾਜ ਲਈ ਕੁਝ ਕਰਕੇ ਗਿਆ ਜਦੋਂ ਬੀਬੀ ਜਗਿੰਦਰ ਕੌਰ ਜੀ ਨੂੰ ਆਪਾਂ ਅੱਜ ਸ਼ਰਧਾ ਦੇ ਉੱਪਰ ਭੇਟ ਕਰਾਂਗੇ ਅਤੇ ਜੋ ਉਹਨਾਂ ਨੇ ਇੱਥੇ ਕੀਤਾ ਹੈ ਉਹਦੇ ਵਾਸਤੇ ਸਾਨੂੰ ਉਹਨਾਂ ਦੇ ਪਰਿਵਾਰ ਜਿਹੜਾ ਪਰਿਵਾਰ ਦਾ ਪਿਛੋਕੜ ਆ ਥੋੜ੍ਹਾ ਜਿਹਾ ਉਹਦੇ ਵੱਲ ਝਾਤ ਮਾਰਨੀ ਪਵੇਗੀ। ਬੀਬੀ ਜਗਿੰਦਰ ਕੌਰ ਜੀ ਸਾਡੇ ਇਲਾਕੇ ਜਾਂ ਪਿੰਡ ਵਿੱਚ ਸਰਦਾਰ ਕਸ਼ਮੀਰ ਸਿੰਘ ਜੀ ਜਿਹੜੇ ਇਹ ਪਰਿਵਾਰ ਇਕੱਠਿਆਂ ਕਰਕੇ ਮਸ਼ਹੂਰ ਸੀ ਔਰ ਇਹ ਪਰਿਵਾਰ ਉਸ ਵੇਲੇ ਜਦੋਂ ਕਿ ਅੱਜ ਤੇ ਉਹ ਹਾਲਤਾਂ ਨਹੀਂ ਅੱਜ ਕਾਫੀ ਹਾਲਤਾਂ ਲੋਕਾਂ ਦੀਆਂ ਚੰਗੀਆਂ ਨੇ ਪਰ ਜੇ ਅੱਜ ਤੋਂ ਆਪਾਂ 30-35 ਸਾਲ 40 ਸਾਲ ਪਿੱਛਾ ਚਲੇ ਜਾਈਏ ਅਤੇ ਲੋਕਾਂ ਦੀਆਂ ਅਸੀਂ ਦੇਖਿਆ ਹੈ ਪਿੰਡ ਵਿੱਚ ਕਿਉਂਕਿ ਸਾਡੇ ਪੱਤੀ ਦੇ ਵਿੱਚੋਂ ਨੇ ਵੰਡ ਸੀ ਸਾਨੂੰ ਪਤਾ ਸੀ ਬਹੁਤ ਸਾਰੇ ਜਿਹੜੇ ਪਰਿਵਾਰ ਸੀ ਉਹਨਾਂ ਦੀ ਜੇ ਆਪਣਾ ਜੋ ਵੀ ਜੇ ਉਹ ਵਾਹੀ ਕਰਦਾ ਕਿਸਾਨ ਅਤੇ ਉਹ ਸੌਰ ਭਾਦਰ ਦੇ ਵਿੱਚ ਵੀ ਉਹਨਾਂ ਦੇ ਕਣਕ ਮੁੱਕ ਜਾਂਦੀ ਸੀ ਹਾਲਤ ਜਦੋਂ ਪਿਆਰ ਕਰਦਾ ਸੀ ਮਾੜੀ ਹਾਲਤ ਹੁੰਦੀ ਸੀ ਅਤੇ ਲੋਕ ਜਿਹੜੇ ਸੀ ਉਹ ਆਲੇ ਦੁਆਲੇ ਉਹ ਗੁਆਂਢੀ ਜਾਂ ਉਹਨਾਂ ਦੀ ਮਦਦ ਕਰਦੇ ਸੀ ਅਤੇ ਅਸੀਂ ਦੇਖਦੇ ਰਹੇ ਹਾਂ ਕਿ ਬੀਬੀ ਜਗਿੰਦਰ ਕੌਰ ਦਾ ਜਿਹੜਾ ਪਰਿਵਾਰ ਸੀ ਇਹ ਉਸ ਵੇਲੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ ਔਰ ਬਹੁਤ ਰਹਿੰਦੇ ਔਰ ਲੋਕਾਂ ਦਾ ਜਿਹੜਾ ਕਿਸੇ ਦਾ ਵੀ ਦੁੱਖ ਹੁੰਦਾ ਸੀ ਕਿਸੇ ਦੀ ਵੀ ਗਲਤੀ ਹੁੰਦੀ ਸੀ ਇਹ ਆਸ ਵੈਰ ਵਾਲਾ ਪਰਿਵਾਰ ਸੀ ਔਰ ਜਿਹਨੂੰ ਕਿਤੋਂ ਕੋਈ ਆਸ ਨਹੀਂ ਸੀ ਹੁੰਦੀ ਕਿ ਪਰਿਵਾਰ ਤੋਂ ਚਲਿਆ ਜਾਂਦਾ ਸੀ ਇਸ ਪਰਿਵਾਰ ਦੇ ਵਿੱਚ ਜਿਹੜੀਆਂ ਕਿਉਂਕਿ ਇੱਕ ਇਸ ਪਰਿਵਾਰ ਦੇ ਵਿੱਚ ਆਦਮੀਆਂ ਦੀ ਘਾਟ ਸੀ ਕਿਉਂਕਿ ਕਸ਼ਮੀਰ ਸਿੰਘ ਅਤੇ ਜੀ ਉਹਨਾਂ ਦੀ ਭੈਣ ਹੋਈ ਸੀ ਬਾਕੀ ਸਾਡੇ ਤੋਂ ਪਹਿਲਾਂ ਜਿਹੜੇ ਗੱਲ ਗਏ ਸੀ ਔਰ ਦੋ ਇਹਨਾਂ ਦੀਆਂ ਮਾਤਾ ਸੀ ਔਰ ਉਹਨਾਂ ਨੂੰ ਕੋਈ ਵੀ ਚਲਿਆ ਜਾਂਦਾ ਸੀ ਅਤੇ ਉਹ ਖਾਲੀ ਹੱਥ ਨਹੀਂ ਬੁੜਦਾ ਕਹਿੰਦੇ ਆ ਵੀ ਆਦਮੀ ਜਾਂ ਪਰਿਵਾਰ ਦੇ ਵਿੱਚ ਜਿਹੜੀ ਪਛਾਣ ਆ ਉਹ ਇਸ ਤਰ੍ਹਾਂ ਤੋਂ ਦੇਖੀ ਜਾਂਦੀ ਆ ਭਾਈ ਜਿਹੜੇ ਉਹਨਾਂ ਦੇ ਸੱਤੇ ਸੁਨੇਹੀ ਲਾਗੇ ਹੁਣ ਉਹਨਾਂ ਨੂੰ ਕੋਈ ਆਸ ਹੋਵੇ ਅਤੇ ਦੁਸ਼ਮਣ ਨੂੰ ਪਾਇਆ ਹੋਵੇ ਸੋਈਓ ਇਹ ਬੀਬੀ ਜਗਿੰਦਰ ਕੌਰ ਜਦੋਂ ਇਸ ਪਰਿਵਾਰ 'ਚ ਆਈ ਤਾਂ ਇਸ ਪਰਿਵਾਰ ਦੇ ਨੂੰ ਮਤਲਬ ਘਰ ਜਿਹੜਾ ਸੀ ਉਸ ਦਿਨ ਤੋਂ ਹੀ ਮੈਂ ਸਮਝਿਆ ਉਹਦਾ ਸਰਦਾਰ ਕਸ਼ਮੀਰ ਸਿੰਘ ਦਾ ਅਤੇ ਉਹਨੇ ਸਾਥ ਦਿੱਤਾ ਅਤੇ ਜਿਹੜਾ ਪਰਿਵਾਰ ਕਿਸੇ ਵੇਲੇ ਘਰ ਕਿਸੇ ਬੰਦੇ ਦੀ ਘਾਟ ਸੀ ਉਹ ਬੰਦਿਆਂ ਦੀ ਘਾਟ ਵੀ ਪੂਰੀ ਹੋਈ ਔਰ ਇਹ ਉੱਚ ਬੁਲੰਦੀਆਂ 'ਤੇ ਗਿਆ ਔਰ ਉਹਨਾਂ ਪਰਿਵਾਰਾਂ 'ਚੋਂ ਲੰਘ ਕੇ ਇੱਥੇ ਮਿਲਿਆ ਜਾਂਦਾ ਸਿਆਸਤ ਦੇ ਵਿੱਚੋਂ ਜਾਂ ਸਮਾਜ ਦੇ ਵਿੱਚੋਂ ਅਤੇ ਉਹਨਾਂ ਜਿਹੜੇ ਜਿਹੜੇ ਮੋਹਰੀ ਪਰਿਵਾਰ ਸੀ ਇਲਾਕੇ 'ਚ ਉਹਨਾਂ ਪਰਿਵਾਰਾਂ 'ਚੋਂ ਮਿਲਣਾ ਜਾਣਾ ਗਿਆ ਅਸੀਂ ਸਮਝਿਆ ਵੀ ਇਹਦਾ ਮੁੱਖ ਜਿਹੜਾ ਹੈਗਾ ਬੀਬੀ ਜਗਿੰਦਰ ਕੌਰ ਦਾ ਸੀ ਕੋਈ ਨਹੀਂ ਜੇ ਸਮਾਂ ਇਹੋ ਜਿਹਾ ਆਇਆ ਹਾਲਾਤ ਇਹੋ ਜਿਹੇ ਬਣੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਸੇਕ ਲੱਗਾ ਇਸ ਪਰਿਵਾਰ ਨੂੰ ਵੀ ਉਹਦਾ ਸੇਕ ਲੱਗਾ ਕਈ ਉਹ ਨੌਜਵਾਨ ਪੁੱਤਰ ਤੇ ਲੈ ਗਿਆ ਫਿਰ ਸਰਦਾਰ ਕਸ਼ਮੀਰ ਤੋਂ ਉੱਥੇ ਸੇਕ ਜਾ ਦੇ ਨਾਲ ਪੂਰੇ ਹੋ ਗਏ ਅਤੇ ਇਹ ਪਰਿਵਾਰ ਜਿਹੜਾ ਸੀ ਜਦੋਂ ਬੰਦਿਆਂ ਦੀ ਘਾਟ ਆਉਣੀ ਹੁੰਦੇ ਤਾਂ ਉਹ ਮਤਲਬ ਉਹ ਥੱਲੇ ਜਾਂਦਾ ਹੈ ਲੇਕਿਨ ਬੀਬੀ ਜਗਿੰਦਰ ਕੌਰ ਜੀ ਨੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਸ ਪਰਿਵਾਰ 'ਤੇ ਆਪਣੇ ਪੁੱਤਰਾਂ 'ਤੇ ਆਪਣੇ ਪੁੱਤਿਆਂ 'ਤੇ ਇਹੋ ਜਿਹਾ ਹੱਥ ਰੱਖਿਆ ਕਿ ਪਰਿਵਾਰ ਨੂੰ ਥੱਲੇ 'ਤੇ ਜਾਣ ਦਿੱਤਾ ਔਰ ਬੜੀ ਸੂਝ ਅਤੇ ਬੂਝ ਦੇ ਨਾਲ ਚਲਾਇਆ ਬਹੁਤ ਹੀ ਘੱਟ ਜਿਹਨਾਂ ਦੀਆਂ ਹੁੰਦੀਆਂ ਨੇ ਘਰ ਦੇ ਵਿੱਚ ਬਹੁਤੀਆਂ ਹੁੰਦੀਆਂ ਜਿਹੜੀਆਂ ਆਦਮੀਆਂ ਜਾਂ ਬੱਚੇ ਦੇ ਜਾਣ ਤੋਂ ਬਾਅਦ ਉਹ ਘਰ ਨੂੰ ਸੰਭਾਲ ਸਕਣ ਜਾਂ ਆਪਣੇ ਆਪ ਨੂੰ ਕਾਇਮ ਰੱਖ ਸਕਣ ਲੇਕਿਨ ਬੇਟੀ ਜਗਿੰਦਰ ਕੌਰ ਨੇ ਆਪਣੇ ਆਪ ਨੂੰ ਆਪ ਠੀਕ ਰੱਖ ਕੇ
अपने बच्चों से अपने गुरबिया के परिवार के हक रख के उस तरह ही जिस तरह पहला परिवार जरा समाज के सियासत के अगे बढ़िया से उस तरह कर रखा अच बीबी जगिंदर कौर जी साढ़े बिच नहीं लेकिन जी वो बिट पा के जी एक राह दिखावा दे गए हैं कि किस तरह अपने जीवन साथी तो या नौजवान बेटे जाने तो बाद भी अपने परिवार को किस तरह जरा है वो कायम रखा जा सकता है कि इस तो सारा कुछ सीखने की जोड़ है। मैं बीबी जगिंदर कौर उन्होंने समाज देव से सारे जमहूरी विधानसभा पंजाब वालों ठंडा के फुल पेश करता हाँ। वाहगुरू जी का खालसा वाहगुरू जी का कामरे जसपाल जी जिन्होंने माता जी रणजीत सिंह जी राम मंत्री हर्षा कृपा साढ़े पालमंत्री ने सुखजिंदर सिंह जी सुख सबका सरपंच जी बिक्रम सिंह जी ढुलों सबका सरपंच जी इन्हों रणजीत सिंह जी जिते समय की घाट करके इन्होंने समा नहीं मिल सकते फिर भी उन्होंने इतिहास हाजिरी वाली किया। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੋਦ ਵਿੱਚ ਬੈਠੇ ਸਾਡੇ ਹਲਕੇ ਦੇ MLA ਸਾਹਿਬ ਡਾਕਟਰ ਤਰਨਵੀਰ ਅੱਗੇ ਉੱਤਰੀ ਸਾਹਿਬ ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਢਿੱਲੋਂ ਜੀ ਚੋਕ ਜੀ ਬੁੱਲ ਸਾਹਿਬ ਪੱਤਰਕਾਰ ਸਾਹਿਬ ਸਾਰੀ ਟੀਮ ਚੀਮਾ ਬ੍ਰਦਰ ਔਰ ਵਿਭਾਗ ਤੋਂ ਸਾਰੇ ਹੀ ਮੇਰੇ ਵੀਰ ਇਲਾਕੇ ਤੋਂ ਸਾਰੀ ਕਰੀਮ ਆਓ ਫਤਿਹ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਆਪਾਂ ਸਾਰੇ ਮਿਲ ਬੈਠ ਕੇ ਉਹਨਾਂ ਦਾ ਦੁਸਹਿਰਾ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਇਹ ਪਰਿਵਾਰ ਝਬਾਲ ਪਰਿਵਾਰ ਮੈਂ ਛੋਟੇ ਹੁੰਦਿਆਂ ਤੋਂ ਜਦੋਂ ਸਰਕਾਰ ਜੋ ਬਾਪੂ ਕਸ਼ਮੀਰ ਸਿੰਘ ਜੀ ਹੋਣੀ ਇਲੈਕਸ਼ਨਾਂ ਲੜਦੇ ਸੀ ਮੈਂ ਉਦੋਂ ਦੇਖਦਾ ਹੁੰਦਾ ਸੀ ਉਹਨਾਂ ਨੂੰ। ਬੜੇ ਚੜ੍ਹਦੀ ਕਲਾ ਵਾਲਾ ਪਰਿਵਾਰ ਔਰ ਇਸ ਪਰਿਵਾਰ ਨੇ ਜਦੋਂ ਹਾਲਾਤ ਮਾੜੇ ਹੋਏ ਉਦੋਂ ਬੜਾ ਸੰਤਾਪ ਚੱਲਿਆ। ਉਹ ਸੰਤਾਪ ਦੇ ਵਿੱਚੋਂ ਨਿਕਲਦੇ ਹੋਇਆਂ ਮਾਤਾ ਜੀ ਨੇ ਆਪਣੀ ਸਿਹਤ ਦਿੱਤੀ ਪਰਿਵਾਰ ਨੂੰ ਔਰ ਸਾਰਾ ਹੀ ਪਰਿਵਾਰ ਨੂੰ ਤਕਰੀਬਨ ਜਿਹਨਾਂ ਹਾਲਾਤਾਂ 'ਚੋਂ ਨਿਕਲੇ ਠੀਕ ਸਾਰਿਆਂ ਨੂੰ ਸੈੱਟ ਕੀਤਾ। ਸੋ ਜਿਹੜਾ ਮਾਂ ਸ਼ਬਦ ਆ ਉਹ ਇੱਕ ਬਹੁਤ ਹੀ ਇੱਕ ਰੱਬ ਦੇ ਨਿਆਈ ਸ਼ਬਦ ਆ ਮਾਂ। ਜਿਸ ਨੇ ਕਿਹਾ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਦੇ ਰੱਬ ਦਾ ਨਾਮ ਦੁਨੀਆ ਵਾਲਿਓ। ਮਾਂ ਜਦੋਂ ਅਸੀਂ ਘਰੋਂ ਤੁਰਦੇ ਹਾਂ ਉਹ ਮਾਂ ਭਾਵੇਂ ਛੋਟੇ ਬੱਚੇ ਦੀ ਹੋਵੇ ਭਾਵੇਂ ਉਹ ਬਜ਼ੁਰਗ 80 ਸਾਲ ਜਾਂ 100 ਸਾਲ ਦੀ ਹੋਵੇ ਉਹ ਆਪਣੇ ਬੱਚਿਆਂ ਦਾ ਪੋਤਰੇ ਪੋਤਰੀਆਂ ਵਾਸਤੇ ਹਰ ਵਕਤ ਜਾਣ ਲੱਗਿਆਂ ਵੀ ਉਹਦੇ ਮੂੰਹ ਅਸੀਸ ਨਿਕਲਦੀ ਆ ਔਰ ਆਉਣ ਲੱਗਿਆਂ ਵੀ ਅਸੀਸ ਦਿੰਦੀ ਆ ਘਰ ਆਉਣ ਤੱਕ। ਜਦੋਂ ਤੱਕ ਅਸੀਂ ਬੱਚੇ ਘਰ ਨਹੀਂ ਚਲੇ ਜਾਂਦੇ ਉਦੋਂ ਤੱਕ ਮਾਂ ਦਾ ਜਿਹੜਾ ਕਲੇਜਾ ਉਹ ਧੜਕਦਾ। ਸੋ ਵਸ ਦੀ ਗੱਲ ਨਹੀਂ ਹੁੰਦੀ ਪਰ ਕਦੀ ਵੀ ਜਿਹੜੀ ਮਾਂ ਆ ਉਹ ਮੈਂ ਸਮਝਦਾ ਕਿ ਵਿਛੜਨੀ ਨਹੀਂ ਚਾਹੀਦੀ ਪਰ ਇੱਥੇ ਕੋਈ ਜ਼ੋਰ ਨਹੀਂ ਰੱਬਦਾ ਰੱਬ ਅੱਗੇ। ਸੋ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਅੱਗੇ ਇਸ ਪਰਿਵਾਰ 'ਤੇ ਮਿਹਰ ਭਰਿਆ ਅੱਗੇ ਤੋਂ ਹੱਥ ਰੱਖਿਓ। ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਕਾਂਗਰਸ ਪਾਰਟੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸੱਚੇ ਪਾਤਸ਼ਾਹ ਅੱਗੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਕਰਦਾ।
ਅਤੇ ਅੱਗੇ ਤੋਂ ਠੰਡ ਵਰਤਾਇਓ, ਮਿਹਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੈਂਤੀ ਤਰ੍ਹਾਂ ਸਮਾਂ ਦੀ ਮੰਗ ਨੂੰ ਅਤੇ ਲੋਕ ਵਾਸਤੇ ਅਸੀਂ ਤੁਹਾਨੂੰ ਵਧੀਆ ਵਾਹਿਗੁਰੂ ਹੋਇਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਮੁੱਚੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਾਤਾ ਜਗਿੰਦਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਨਾਲ ਸਾਰੇ ਹੀ ਹਮਦਰਦੀ ਪ੍ਰਗਟ ਕਰਨ ਲਈ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ, ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਪਰਮਾਤਮਾ ਵਾਲੀ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ। ਜੇ ਮੈਂ ਮਾਤਾ ਜੀ ਦੇ ਪਿਛੋਕੜ ਵਾਲੇ ਜਾਵਾਂ, ਪਿਛਲੇ ਹਿਸਟਰੀ ਵਾਲੇ ਜਾਵਾਂ, ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਉਹ ਪਰਿਵਾਰ ਆ ਜਿਹਨੇ ਹਮੇਸ਼ਾ ਹੀ ਕੁਰਬਾਨੀਆਂ ਕੀਤੀਆਂ ਨੇ, ਜਿਹਨੇ ਹਮੇਸ਼ਾ ਹੀ ਆਪਣੇ ਸੰਤਾਪ ਹੋ ਗਿਆ ਹੈ। ਪਿਛਲੇ ਸਮੇਂ ਦੇ ਵਿੱਚ, ਪਿਛਲੇ ਮਾੜੇ ਦੌਰ ਦੇ ਵਿੱਚ ਇਸ ਪਰਿਵਾਰ ਨੂੰ ਜੀਆਂ ਦੀ ਬਹੁਤ ਵੱਡੀ ਘਾਟ ਪਈ। ਮਾਤਾ ਜੀ ਦੇ ਇੱਕ ਖਾੜਕੂ ਮੁਖੀ ਵਾਂਗੂ ਅੱਗੇ ਹੋ ਕੇ ਸਾਰੇ ਪਰਿਵਾਰ ਦਾ ਪੇਟ ਪਾਲਿਆ, ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਲੋਕਾਂ ਨੂੰ ਸੇਵਾ ਕਰਦਾ, ਲੋਕਾਂ ਵਿੱਚ ਜਾ ਕੇ ਚੰਗੇ ਕੰਮ ਕਰਦਾ। ਹਮੇਸ਼ਾ ਹੀ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਪ੍ਰੇਰਨਾ ਦਿੱਤੀ। ਉਸੇ ਲੜੀ ਤਹਿਤ ਜੇ ਮਾਤਾ ਜੀ ਦੀ ਚੰਗੀ ਸੋਚ ਦੇ ਮੁਤਾਬਕ, ਮਾਤਾ ਜੀ ਦੀ ਚੰਗੀ ਸੋਚ ਅਤੇ ਹੀ ਸਦਕਾ ਸਰਦਾਰ ਗੁਰਵਿੰਦਰ ਸਿੰਘ ਧੰਨਵੀਰ ਅਤੇ ਹੈਪੀ ਵੀਰ ਸਾਡਾ ਆਪਣੇ ਪਰਿਵਾਰ ਦੇ ਨਾਲ, ਸਾਰੇ ਪਰਿਵਾਰ ਨੂੰ ਲੋਕਾਂ ਦੇ ਨਾਲ ਰਲ ਕਰਕੇ ਸੇਵਾ ਕਰਦਾ ਚੰਗਾ ਪਰਿਵਾਰ ਆ। ਇਲਾਕੇ ਵਿੱਚ ਨਾਮ ਇਹਨਾਂ ਦਾ ਸਾਰੇ ਹੀ ਆਪਾਂ ਜਾਣਦੇ ਹਾਂ ਕਿ ਵਧੀਆ ਫੈਮਿਲੀ ਜਿਹੜੀ ਆ, ਕਿਸੇ ਦੇ ਕੰਮ ਆਉਣ ਵਾਲਾ ਇਹ ਪਰਿਵਾਰ ਆ। ਜੇ ਮੈਂ ਇਸ ਪਰਿਵਾਰ ਦੇ ਆਪਾਂ ਦੇਖੇ ਜਾ ਕੇ ਪਿਛਲੇ ਸਮੇਂ ਦਾ ਧੰਨਵੀਰ ਨੂੰ ਇੱਕ ਬੜੀ ਵੱਡੀ ਸੱਟ ਲੱਗੀ, ਜਿਹਦੇ ਵਿੱਚ ਮੈਂ ਮਾਤਾ ਜੀ ਦੇ ਕੋਲ ਗਿਆ। ਮਾਤਾ ਜੀ ਨੇ ਇਹ ਗੱਲ ਕਹੀ ਆ ਕਿ ਇਹ ਪਰਮਾਤਮਾ ਦੀ ਦੇਣ ਆ, ਸੋਨੂੰ ਇਹਦੇ ਵਿੱਚ ਆਪਾਂ ਕੁਛ ਨਹੀਂ ਕਰ ਸਕੇ। ਮੈਂ ਨਹੀਂ ਸਮਝਦਾ ਕਿ ਇੰਨੀਆਂ ਸੱਟਾਂ ਦੇ ਬਾਵਜੂਦ ਵੀ ਕਿਸੇ ਮਾਤਾ ਦੇ ਕੋਲੋਂ ਜਾਂ ਕਿਸੇ ਦਾਦੀ ਦੇ ਕੋਲੋਂ ਇਹ ਲਫ਼ਜ਼ ਨਿਕਲੇ ਹੋਣ ਕਿ ਨਹੀਂ ਤੁਸੀਂ ਹੌਸਲਾ ਕਰੋ, ਮੈਂ ਚੜ੍ਹਦੀ ਕਲਾ ਜਾਂ ਮੈਂ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਵੇਖਣਾ ਚਾਹੁੰਦੀ ਹਾਂ। ਇਹ ਇੱਕ ਚੰਗੀ ਸੋਚ ਸੀ ਸਾਡੇ ਮਾਤਾ ਜੀ ਦੀ, ਜਿਹੜੀ ਇੱਕ ਪਰਿਵਾਰ ਨੂੰ ਇੱਥੋਂ ਤੱਕ ਲੈ ਕੇ ਆਈ। ਮੈਂ ਹੈਪੀ ਵੀਰ ਨੂੰ ਵੀ ਬੇਨਤੀ ਕਰੂੰਗਾ ਕਿ ਤੂੰ ਵੱਡਾ ਹੋਣ ਦੇ ਨਾਤੇ ਜਿਸ ਤਰ੍ਹਾਂ ਮਾਤਾ ਜੀ ਨੇ ਸਾਰੇ ਪਰਿਵਾਰ ਨੂੰ ਇਕੱਤਰ ਕਰਕੇ ਇਲਾਕੇ ਵਿੱਚ ਚੰਗੀ ਤੁਹਾਡੀ ਪਹਿਚਾਣ ਬਣਾਈ, ਤੁਹਾਨੂੰ ਨਾਮ ਦਿੱਤਾ, ਇਸੇ ਤਰ੍ਹਾਂ ਹੀ ਤੂੰ ਜਿਹੜੇ ਤੇਰਾ ਬਾਕੀ ਪਰਿਵਾਰ ਹੈ, ਧੰਨਵੀਰ ਆ, ਮੇਰਾ ਵੀਰ ਬਲਵਿੰਦਰ ਸਿੰਘ ਜਾਂ ਉਹਨਾਂ ਦੇ ਵੱਡੇ ਛੋਟੇ ਬੱਚੇ ਨੇ, ਉਹਨਾਂ ਨੂੰ ਨਾਲ ਲੈ ਕੇ ਜ਼ਰੂਰ ਇਸ ਪਰਿਵਾਰ ਨੂੰ ਅੱਗੇ ਲੈ ਕੇ ਜਾਈ। ਕਿਤੇ ਇੱਦਾਂ ਨਾ ਹੋਵੇ ਕਿ ਇੱਕ ਚੰਗੀ ਲੇਡੀ ਜਿਹੜੀ ਤੁਹਾਨੂੰ ਇੱਥੋਂ ਤੱਕ ਸੇਧ ਦੇ ਕੇ ਗਈ ਆ, ਤਾਂ ਤੁਹਾਨੂੰ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਜ਼ਾਕ ਕਰਨ ਕਿ ਅੱਜ ਇਹਨਾਂ ਦੇ ਸਿਰ 'ਤੇ ਬਜ਼ੁਰਗ ਨਹੀਂ ਲੈ, ਇਹਨਾਂ ਦੇ ਕੋਲੋਂ ਪਰਿਵਾਰ ਨੂੰ ਅੱਗੇ ਨਹੀਂ ਲੈ ਕੇ ਜਾਇਆ ਗਿਆ ਜਾਂ ਇਸ ਪਰਿਵਾਰ ਨੂੰ ਨਾਲ ਲੈ ਕੇ ਹੈਪੀ ਨਹੀਂ ਚੱਲ ਸਕਿਆ। ਮੈਂ ਗੁਰੂ ਮਹਾਰਾਜ ਗੱਲ ਇਹ ਹੀ ਅਰਦਾਸ ਕਰੂੰਗਾ ਕਿ ਸੱਚੇ ਪਾਤਸ਼ਾਹ ਉਸ ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਅਤੇ ਸਾਰੇ ਪਰਿਵਾਰ ਨੂੰ ਭਾਣਾ ਮਰਨ ਦਾ ਬਲ ਬਖਸ਼ੀ। ਅਤੇ ਆਪਣੇ ਪਰਿਵਾਰ ਵੱਲੋਂ, ਮੈਂ ਆਪਣੇ ਛੋਟੇ ਭਾਈ ਵੱਲੋਂ ਹੈਪੀ ਵੀਰ ਨੂੰ ਇਹੀ ਬੇਨਤੀ ਕਰੂੰਗਾ ਕਿ ਤੂੰ ਉਸੇ ਤਰ੍ਹਾਂ ਹੀ ਘਰ ਦਾ ਮੁਖੀ ਬਣ ਕੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚੱਲੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸ਼ੋਕ ਕੁਮਾਰ ਜੋਰ ਜੀ, ਸੂਖ ਜੀ, ਅਸ਼ੋਕ ਕੁਮਾਰ ਜੀ, ਦਰਬਾਰ ਸਿੰਘ ਜੀ ਭਾਰ, ਜਗੀ ਕੁਮਾਰ ਜੱਗੀ ਭਾਰ, ਔਰ ਸਰਪੰਚ ਗਜਿੰਦਰ ਸਿੰਘ ਜੀ ਜਸਵਾਲਾ, ਉਹ ਵੀ ਮਾਤਾ ਜੀ ਨੂੰ ਸੰਤਕ ਸਰੋਤ ਦੇ ਕਰਨਾ ਤੋਂ ਬੁਲਾਈ ਲਗਾਈ ਉਹਨਾਂ ਨੇ। ਹੁਣ ਮੈਂ ਬੇਨਤੀ ਕਰਾਂ ਸਰਦਾਰ ਕਰਮਵੀਰ ਕਰਮਵੀਰ ਸਿੰਘ ਜੀ ਗੁਰਜਨ ਦੁਆਬੇ ਮਾਤਾ ਜੀ ਨੂੰ ਸੰਤਕ ਸਰੋਤ ਕਰਨ, ਉਹਨਾਂ ਤੋਂ ਬਾਅਦ ਐਮ ਐਲ ਏ ਸਾਹਿਬ ਜੀ ਆਮ ਆਪਾਂ ਸਾਰੇ ਵਾਹਿਗੁਰੂ ਜੀ ਦੀ ਜ਼ਿੰਦਗੀ ਦੇ ਵਿੱਚ ਸਾਰੇ ਇਕੱਤਰੀ ਸਾਰੇ ਸਾਥ ਜੋ ਅੱਜ ਆਪਾਂ ਮਾਤਾ ਜੋਗਿੰਦਰ ਸਿੰਘ ਜੀ ਦੀ ਆਪਣੀ ਕਿਤਾਬ ਦੇ ਵਿੱਚ ਸ਼ਾਮਿਲ ਹੋਏ ਹਾਂ, ਔਰ ਸਾਰੇ ਜਿਹੜੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਸਮੇਂ ਪਹਿਲੇ ਜੋ ਮਾਤਾ ਜੋਗਿੰਦਰ ਸਿੰਘ ਆਪਾਂ ਨੂੰ ਵਿਛੋੜਾ ਦੇ ਗਏ ਨੇ, ਉਹਨਾਂ
ਉਹ ਉਸ ਪਰਿਵਾਰ ਚੋਂ ਕਸ਼ਮੀਰ ਸਿੰਘ ਜੀ ਦੇ ਪਰਿਵਾਰ ਚੋਂ ਹੀ ਜੋ ਇਸ ਪੂਰੇ ਹਲਕੇ ਦੇ ਵਿੱਚ ਕਾਫੀ ਮੰਨਿਆ ਪ੍ਰਮੰਨਿਆ ਪਰਿਵਾਰ ਹੈ। ਇਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦੀ ਕਾਫੀ ਸਾਂਝ ਰਹੀ। ਮੇਰੇ ਦਾਦਾ ਜੀ ਤੋਂ ਲੈ ਕੇ ਸਤਾਰਜੀਤ ਸਿੰਘ ਗੁਰਜ ਤੋਂ ਲੈ ਕੇ ਮੇਰੇ ਫਾਦਰ ਜਸਵੀਰ ਸਿੰਘ ਗੁਰਜ ਸਾਰਿਆਂ ਦੀ ਬੜੀ ਸਾਂਝ ਰਹੀ ਹੈ ਇਸ ਪਰਿਵਾਰ ਦੇ ਨਾਲ, ਨੇੜਤਾ ਰਹੀ ਹੈ ਸਾਡੇ ਇਸ ਪਰਿਵਾਰ ਦੇ ਨਾਲ। ਅਤੇ ਅੱਜ ਇਸ ਗੁਰੂ ਦੇ ਘੜੀ ਦੇ ਵਿੱਚ ਅਸੀਂ ਸਾਰੇ ਇਹਨਾਂ ਦੇ ਨਾਲ ਨੇ। ਕੁਛ ਸਮਾਂ ਪਹਿਲੇ ਕਾਮਰੇਡ ਸਾਹਿਬ ਨੇ ਮੇਰੇ ਵੀ ਗਾਣੇ ਨੇ ਅਤੇ ਮੇਰੇ ਭਰਾ ਸੋਨੂ ਨੇ ਜੋ ਪਰਿਵਾਰ ਬਾਰੇ ਦੱਸਿਆ, ਮੈਂ ਬਹੁਤਾ ਸਮਾਂ ਤਾਂ ਨਹੀਂ ਲੈਣਾ ਚਾਹੂੰਗਾ, ਲੇਕਿਨ ਅਰਦਾਸ ਕਰਦਾ ਹਾਂ ਕਿ ਆਪਾਂ ਸਾਰੇ ਜਿਹੜੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਦੇ ਅਤੇ ਪਰਿਵਾਰ ਨੂੰ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਅਤੇ ਪਾਰਟੀ ਵੱਲੋਂ ਮਾਤਾ ਜੀ ਨੂੰ ਸਦਾ ਦੇ ਗੁਰ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਗੋਦ ਬੈਠੀ ਗਿਆ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਮਾਤਾ ਜਗਿੰਦਰ ਕੌਰ ਜੀ ਦੀ ਅੰਤਰ ਅਰਦਾਸ ਵਿੱਚ ਇਕੱਤਰ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਬੀਬੀ ਵੀਰ ਜੀ ਗੁਰਦੁਆਰੇ ਪਹੁੰਚੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਇਹ ਪਰਿਵਾਰ ਬਹੁਤ ਹੀ ਗੁਰੂ ਘਰ ਮੰਨਣ ਵਾਲਾ। ਸਰਦਾਰ ਜਸਵੀਰ ਸਿੰਘ ਜੀ ਹੈਪੀ ਦੇ ਦਾਦਾ ਜੀ ਦੇ ਲੈ ਕੇ ਬਹੁਤ ਲੰਬਾ ਸਮਾਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ, ਪ੍ਰਧਾਨ ਹੈ, ਔਰ ਉਹਨਾਂ ਨੇ ਲਗਨ ਦੇ ਨਾਲ ਜਿੱਥੇ ਸਮਾਜ ਦੀ ਸੇਵਾ ਕੀਤੀ ਉੱਥੇ ਘਰ ਸੁਖਾਨਾ ਦੀ ਸੇਵਾ ਕੀਤੀ। ਮੈਂ ਸਮਝਦਾ ਵੀ ਉਸ ਫਲ ਦਾ ਹੀ ਵਾਹਿਗੁਰੂ ਨੇ ਇਹਨਾਂ ਨੂੰ ਫਲ ਦਿੱਤਾ ਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਤਰੱਕੀ ਕੀਤੀ ਆ। ਮਾਤਾ ਜਗਿੰਦਰ ਕੌਰ ਜੀ ਦੇ ਪੁੱਤਰ ਸਰਦਾਰ ਪਰਮਿੰਦਰ ਸਿੰਘ ਜੀ ਇਹਨਾਂ ਨੂੰ ਪਹਿਲੇ ਧਿਆਨ ਹੋ ਚੁੱਕਿਆ ਸੀ, ਔਰ ਇਹ ਜਦੋਂ ਬੱਚੇ ਦਾ ਧਿਆਨ ਹੋ ਉਹਦੇ ਮਾਤਾ ਜੀ ਬਹੁਤ ਮੁਸ਼ਕਿਲ ਹੁੰਦਾ ਵਾ ਪਰਿਵਾਰ ਨੂੰ ਪਾਲਣਾ ਅਤੇ ਇਕੱਠੇ ਹੋ ਕੇ ਕਰਨਾ। ਪਰ ਮੈਂ ਸਮਝਦਾ ਵੀ ਉਹਨਾਂ ਦੀ ਹਿੰਮਤ ਹੈਗੀ ਆ ਔਰ ਉਹਨਾਂ ਦੀ ਹੈਪੀਨੈਸ ਦੀ ਮਾਤਾ ਕਿਰਪਾ। ਆਪਾਂ ਦੇਖਦੇ ਅਤੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ ਮਾਂ ਨਾਲ ਜ਼ਿਆਦਾ ਪਿਆਰ ਉਹਦੀ ਦਾਦੀ ਦਾ ਹੁੰਦਾ। ਮਾਂ ਬਾਪ ਕਿਸੇ ਦੇ ਝਿੜਕ ਵੀ ਰਹੇ ਪਰ ਦਾਦੀ ਝਿੜਕ ਦੇ ਨਹੀਂ ਜਾਂਦੀ, ਅਤੇ ਕੋਲ ਲੜਕਾ ਮਾਰਦੀ ਆ ਉਹ ਜ਼ਿਆਦਾ ਪਿਆਰ ਕਰਦੀ ਆ, ਔਰ ਬੱਚੇ ਵੀ ਆਪਣੀ ਮਾਤਾ ਨਾਲ ਜਿਹੜੇ ਪੋਤੇ ਹੁੰਦੇ ਨੇ ਉਹ ਦਾਦੇ ਦੀ ਦਾਦੀ ਨਾਲ ਜ਼ਿਆਦਾ ਪਿਆਰ ਕਰਦੇ ਆਪਣੇ ਸਾਰੇ ਪਰਿਵਾਰ ਦੇ। ਅੱਜ ਮੈਂ ਸਮਝਦਾ ਕਿ ਉਹਨਾਂ ਦੇ ਨਾਮ ਨਾਲ ਅਤੇ ਜਿਹੜੇ ਹੈਪੀ ਵੀਰ ਨੂੰ ਧਨਪੀਰ ਨੂੰ ਔਰ ਬਰਿੰਦਰ ਨੂੰ ਬਹੁਤ ਹੀ ਕਰਦਾ ਪਿਆ ਵਾ ਔਰ ਨਾ ਪੂਰਾ ਮੁਕਾਬਲਾ ਕਰਦਾ, ਔਰ ਹਮੇਸ਼ਾ ਹੀ ਇਹਨਾਂ ਦਾ ਜਿਹੜਾ ਮਾਤਾ ਦਾ ਸਾਇਆ ਪਰਸਨ ਤੇ ਵੀ ਨਾਲ ਰਹੇ ਪਰ ਸੰਸਾਰ ਦੇ ਵਿੱਚ ਹਰ ਇੱਕ ਨੇ ਜਾਣਾ। ਔਰ ਮਾਤਾ ਜੀ ਰਣਜੀਤ ਸਿੰਘ ਜੀ ਦੇ ਗੁਰਵਾਏ ਨੇ, ਮੋਹਨ ਦੀਮਾ ਜੀ ਬੈਠੇ ਨੇ, ਦਿੱਤੀ ਸੂਰ ਜੀ ਸਾਡੇ ਬਹੁਤ ਹੀ ਕਾਮ ਸੇ ਸਾਰੇ ਵਰਕਰ ਬੈਠੇ ਨੇ। ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਬਹਿ ਕੇ ਅਰਦਾਸ ਕਰਦਾ ਕਿ ਇਹਨਾਂ ਬੱਚਿਆਂ ਨੂੰ ਸ਼ਕਤੀ ਦੇਵੇ, ਇਹ ਦੁੱਖ ਵੀ ਸਹਿ ਸਕਣ ਔਰ ਉਹਨਾਂ ਦੇ ਰੂਪ ਨੇ ਡਰ ਕੇ ਉਸ ਸਮਾਜ ਦੀ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਆਈਏ ਸੰਗਤ ਹੁੰਦੀ ਹੈ ਜਿਹਨਾਂ ਨੇ ਆਪਦੇ ਪਰਿਵਾਰ ਦੇ ਨਾਲ ਸੰਗਤ ਨਿਵੇਦਨ ਕੀਤਾ, ਉਹਨਾਂ ਦਾ ਧੰਨਵਾਦ। ਔਰ ਬੇਨਤੀ ਹੈ ਕਿ ਜੇ ਲੈਣ ਤੋਂ ਬਾਅਦ ਸਾਰੀ ਜੀ ਸੰਗਤ ਨੂੰ ਬੇਨਤੀ ਹੈ ਕਿ ਪ੍ਰਸ਼ਾਦਾ ਛੱਡ ਕੇ ਫਿਰ ਦੂਜਾ ਮੁਕਤਾ ਕਰ ਲੀਜੀ। ਸੋ ਆਈ ਸਾਰੀ ਸੰਗਤ ਨੂੰ ਜੀ ਆਇਆਂ ਧੰਨਵਾਦ। ਵਾਹਿਗੁਰੂ ਸਰਦਾ, ਵਾਹਿਗੁਰੂ। ਜਾਂ
ਤੁਸੀਂ ਤਾਰਾ ਜਿਹੜਾ ਲਾਹ ਮੇਰੇ ਲੱਤਾਂ ਵਿੱਚ।